Hey guys, subscribe and press the bell icon to never miss a video from Gabru. ਕਹਿੰਦੇ ਨੇ ਕਿ ਉਸ ਸਿੰਗਰ ਦੇ ਗਾਣੇ ਦੀ ਉਡੀਕ ਬੜੀ ਜ਼ਿਆਦਾ ਰਹਿੰਦੀ ਹੈ ਜਿਹੜਾ ਕਿ ਤੜਪਾ ਰਿਹਾ ਹੋਵੇ ਆਪਣੇ ਫੈਨਸ ਨੂੰ ਆਪਣੇ ਆਉਣ ਵਾਲੇ ਨਵੇਂ ਗਾਣੇ ਬਾਰੇ ਪੋਸਟਾਂ ਪਾ ਪਾ ਕੇ ਤੇ ਇੱਥੇ ਹੀ ਜਿਨ੍ਹਾਂ ਨੇ ਆਪਣੇ ਫੈਨਸ ਦਾ ਬੁਰਾ ਹਾਲ ਕੀਤਾ ਹੋਇਆ ਜੀ ਉਹਨੇ ਐਲੀ ਮੰਗਟ ਜਿਨ੍ਹਾਂ ਦੀ ਆਉਣ ਵਾਲੀ ਨਵੀਂ ਐਲਬਮ ਰਿਵਾਈਂਡ ਰਿਲੀਜ਼ ਤਾਂ ਹੋਣੀ ਸੀ 12 April ਨੂੰ ਪਰ ਐਲੀ ਮੰਗਟ ਨੇ ਉਹਦੀ ਰਿਲੀਜ਼ਿੰਗ ਲਈ ਕੁਝ ਵੱਖਰਾ ਹੀ ਸੋਚਿਆ ਹੈ ਤੇ ਜਿੱਦਾਂ ਕਿ ਐਲੀ ਮੰਗਟ ਨੇ 2018 ਦੇ ਵਿੱਚ 16 ਗਾਣਿਆਂ ਦੀ ਅਫੀਸ਼ੀਅਲ ਵੀਡੀਓ ਰਿਲੀਜ਼ ਕੀਤੀ ਜਿਨ੍ਹਾਂ ਵਿੱਚ ਨਾਮ ਆਉਂਦਾ ਹੈ ਇਹਨਾਂ ਸਾਰਿਆਂ ਗਾਣਿਆਂ ਦਾ ਚੈੱਕ ਕਰੋ ਇਹ ਪਿਕਚਰ ਇਹ ਪੋਸਟ ਦੇ ਨਾਲ ਨਾਲ ਐਲੀ ਮੰਗੜ ਬਾਰੇ ਇਹ ਵੀ ਸੁਣਨ ਚ ਆਇਆ ਸੀਗਾ ਕਿ ਐਲੀ ਮੰਗੜ ਉਹ ਸਾਰੇ ਰਿਕਾਰਡ ਤੋੜਨਾ ਚਾਹੁੰਦੇ ਨੇ ਸਭ ਤੋਂ ਜ਼ਿਆਦਾ ਗਾਣੇ ਰਿਲੀਜ਼ ਕਰਕੇ ਤੇ ਮੈਨੂੰ ਲੱਗਦਾ ਕਿ ਉਹ ਟਾਈਮ ਵੀ ਜ਼ਿਆਦਾ ਦੂਰ ਨਹੀਂ ਹੈਗਾ ਜੀ ਬਿਲਕੁਲ ਜਿੱਦਾਂ ਕਿ ਐਲੀ ਮੰਗੜ ਨੇ ਆਪਣੀ ਆਉਣ ਵਾਲੀ ਨਵੀਂ ਐਲਬਮ ਰਿਵਾਈਂਡ ਬਾਰੇ ਸੋਚਿਆ ਹੋਇਆ ਹੈ ਚੈੱਕ ਕਰੋ ਇਹਨਾਂ ਪੋਸਟਰਸ ਨੂੰ ਗੱਲ ਕਰੀਏ ਹੁਣ ਰਿਵਾਈਂਡ ਐਲਬਮ ਦੀ ਤਾਂ ਇਹ ਐਲਬਮ ਰਿਲੀਜ਼ ਹੋਣੀ ਸੀ 12 April ਨੂੰ ਪਰ ਐਲੀ ਮੰਗੜ ਨੇ ਹੁਣ ਨਵੀਂ ਅਪਡੇਟ ਇਹ ਸ਼ੇਅਰ ਕੀਤੀ ਹੈ ਕਿ ਉਹ 19 April ਨੂੰ ਇਸ ਐਲਬਮ ਦਾ ਪਹਿਲਾ ਗੀਤ ਸ਼ੇਅਰ ਕਰਨਗੇ ਜਿਹਦਾ ਨਾਮ ਹੈ ਓਪਨ ਹੈਡ ਚੈੱਕ ਕਰੋ ਇਹ ਨਵਾਂ ਪੋਸਟਰ ਵੀ ਗਾਣੇ ਦੇ ਕ੍ਰੈਡਿਟ ਦੀ ਗੱਲ ਕਰੀ ਤਾਂ ਇਸ ਗਾਣੇ ਨੂੰ ਗਾਇਆ ਹੈ ਖੁਦ ਐਲੀ ਮੰਗੜ ਨੇ ਲਿਰਿਕਸ ਨੇ ਸਨੀ ਰੰਧਾਵਾ ਦੇ ਮਿਊਜ਼ਿਕ ਹੈ ਯੰਗਸਟਰ ਪੌਪ ਬੁਆਏ ਦਾ ਵੀਡੀਓ ਕੀਤੀ ਹੈ ਨਵੀਂ ਲੁਬਾਣਾ ਨੇ ਤੇ ਇਹ ਗਾਣਾ ਪ੍ਰੈਜੈਂਟ ਕਰ ਰਹੇ ਨੇ ਉਪਿੰਦਰ ਧਾਲੀਵਾਲ ਅਤੇ ਗੇਮ ਕਿਲਰਸ 19 April ਨੂੰ ਤੇ ਇਹਦੇ ਨਾਲ ਹੀ ਅਗਰ ਇੱਕ ਹੋਰ ਗੁੱਡ ਨਿਊਜ਼ ਦੀ ਗੱਲ ਕਰਾਂ ਤਾਂ ਐਲੀ ਮੰਗੜ ਨੇ ਨਵਾਂ ਪੋਸਟਰ ਸ਼ੇਅਰ ਕਰਦੇ ਹੋਇਆ ਇਹ ਵੀ ਲਿਖਿਆ ਕਿ ਉਹ ਹਰ ਫਰਾਈਡੇ ਆਪਣੀ ਐਲਬਮ ਦਾ ਇੱਕ ਗਾਣਾ ਰਿਲੀਜ਼ ਕਰਿਆ ਕਰਨਗੇ ਤੇ ਉਹਨਾਂ ਨੇ ਸਟੋਰੀਜ਼ ਦੇ ਵਿੱਚ ਇਹ ਵੀ ਕਿਹਾ ਕਿ ਇਹ ਐਲਬਮ ਪੂਰੇ 2.5 ਮਹੀਨੇ ਤੱਕ ਚੱਲੂਗੀ ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਐਲੀ ਮੰਗੜ ਦੇ ਗਾਣੇ ਦਾ ਸੀਜ਼ਨ ਆਉਣ ਲੱਗਾ ਸੋ ਰੈਡੀ ਹੋ ਜਾਓ ਤੇ ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਇਸ ਐਲਬਮ ਦੇ ਗਾਣੇ ਲਈ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਇਹੋ ਜਿਹੀ ਬਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਲਈ ਸਬਸਕ੍ਰਾਈਬ ਕਰ ਲਓ ਗੱਭਰੂ ਦਾ ਯੂਟਿਊਬ ਚੈਨਲ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਥੱਲੇ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਗੱਭਰੂ ਦੀ ਅਫੀਸ਼ੀਅਲ ਐਪ ਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਵੀ ਜ਼ਰੂਰ ਕਰਨਾ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ